ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੋਣ ਲੱਗੇ ਨਾਜ਼ਰੀਨ। ਜਿਹੜੀ ਅੱਜ ਦੀ ਵੀਡੀਓ ਦਿਖਾਉਣ ਲੱਗੇ ਆਪਣੇ ਜਾਨਵਰ ਵੀਰਾਂ ਭਰਾਵਾਂ ਦੋਸਤਾਂ ਨੂੰ, ਇਹ ਘਰੇਲੂ ਵੈਡ ਦੋਸਤੋ, ਇਹ ਭਾਈ ਕੋਈ ਵਪਾਰੀ ਨਹੀਂ, ਇਹ ਭਾਈ ਦੇ ਘਰ ਦਾ ਪਿਛਲਾ ਸੂਬਾ ਵੀ ਚੋਇਆ ਪੀਤਾ ਹੋਇਆ। ਐਤਕੀ ਮਾਸ਼ਾਅੱਲਾ ਵੀਰ ਚੋਂ ਦਾ ਪੀਂਦਾ ਪਿਆ ਔਰ ਵੀਰ ਕਹਿੰਦਾ ਕਿ ਐਂਡ ਤੱਕ ਮਾਸ਼ਾਅੱਲਾ ਗਾਂ ਜਵੇਦ ਬਾਈ ਦੁੱਧ ਦਿੰਦੀ ਹੈ ਔਰ ਸਦਾ ਬਾਰ ਗਏ ਔਰ ਮਾਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਸਾਰੀ ਗਾਂ ਦਾ ਵਿਜ਼ਿਟ ਕਰਾਵਾਂਗੇ, ਪੂਰੀ ਗਾਂ ਦਿਖਾਵਾਂਗੇ। ਲੈਣੇ ਦੇਣੇ ਦੋਸਤੋ ਹੁੰਦੇ ਨੇ, ਮੁਕੱਦਰ ਸੌਦੇ ਨਸੀਬਾਂ ਦੇ ਹੁੰਦੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਗਾਏ ਮਾਸ਼ਾਅੱਲਾ ਸਿਰੋ ਦੋਸਤੋ ਬਿਲਕੁਲ ਮੋਨੀ ਹੈ, ਯਾਨੀ ਕਿ ਪੋਡਾ ਪੋਡਾ ਸਿੰਘ ਨੇ ਮੇਰੇ ਵੀਰਾਂ ਦੋਸਤਾਂ ਸਾਹਮਣੇ ਨੇ ਔਰ ਗਾਂ ਬਰੀਕ ਬੜੀ ਦੋਸਤੋ। ਬਾਈ ਕਹਿੰਦਾ ਕਿ ਇਹਦੇ ਕੋਲ ਇਸ ਟਾਈਮ ਜਵੇਦ ਬਾਈ 20 ਲੀਟਰ ਦੁੱਧ ਪੱਕਾ ਹੈ, ਉਹਨਾਂ ਨੇ ਜਿੱਥੇ ਮਰਜ਼ੀ ਘਲਾ ਦੀ ਗਰੰਟੀਆਂ ਨਾਲ ਜਿਹੜੀ ਗੱਲ ਕਰਾਂਗੇ ਫਰਕ ਨਹੀਂ ਆਏਗਾ। ਮਾਸ਼ਾਅੱਲਾ ਥਣ ਵੇਖ ਲੈਣ, ਵੈਡ ਦਾ ਬੜਾ ਲਾਜਵਾਬ। ਔਰ ਦੋਸਤੋ ਗੱਲ ਬਣੀ ਹੋਈ ਹੈ ਕਿ ਇਹ ਜੀ ਗਾਂ, ਮੈਂ ਹਕੀਕਤ ਕਹਿੰਦਾ ਪਿਆ, ਇਹ ਜੀ ਗਾਂ ਬੰਦਾ ਤੋਕੜ ਬਾਰੋ। ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਾਂ ਕਿ ਤੋਕੜ ਵੀਰ ਇਸ ਰੇਟ 'ਚ ਲੈ ਲੈਣਗੇ ਜਿਹੜਾ ਅੱਜ ਬਾਈ ਨੇ ਮੁੱਲ ਕਰਨਾ, ਔਰ ਆਰਡਰ ਕੁਆਲਿਟੀ ਵੇਖ ਲੈਣ, ਗਾਂ ਦੀ ਪੂਰੀ ਨਸਲ ਵੇਖ ਲੈਣ, ਬਿਲਕੁਲ ਕ੍ਰਾਸ ਦੇ ਵਿੱਚ ਦੋਸਤੋ। ਔਰ ਲੈਣੇ ਦੇਣ ਮੁਕੱਦਰ ਨੇ ਬਾਈ ਜਾਨ ਛੱਡ ਕੇ ਤੋਰਿਆ ਜੋ ਔਰ ਟਰਨ ਫਿਰਨ ਵੀ ਦਿਖਾਇਆ ਜੋ ਔਰ ਵੀਰਾਂ ਦੋਸਤਾਂ ਨੂੰ ਤਸੱਲੀਆਂ ਵੀ ਕਰਾਇਆ ਜੋ। ਗਾਂ ਦੀ ਹਾਈਟ ਵੀ ਸਹੀ ਹੈ ਮਾਸ਼ਾਅੱਲਾ, ਕੱਦ ਚੰਗਾ ਗਾਂ ਦਾ, ਔਰ ਇਹ ਦੇ ਪਏ ਨੇ ਔਰ ਫੇਸ ਕੁਆਲਿਟੀ ਵੀ ਵਿਖਾ ਦਿੱਤੀ ਵੀਰਾਂ ਨੂੰ ਔਰ ਮਾਸ਼ਾਅੱਲਾ ਚੱਲਣ ਫਿਰਨ ਵੀ ਗਾਂ ਦਾ ਲਾਜਵਾਬ 16 ਨੇ। ਕੱਦ ਕਾਠ ਵੇਖ ਲੈਣ ਦੋਸਤੋ, ਬੜੇ ਮਾਸ਼ਾਅੱਲਾ ਕੱਦ ਕਾਠ ਦੇ ਵਿੱਚ ਮਾਲਕ ਹੈ ਔਰ ਹਰ ਗੱਲ ਦੀਆਂ ਤਸੱਲੀਆਂ ਕਰਾਉਂਦਾ ਪਿਆ। ਲੈਣਾ ਦੇਣਾ ਦੋਸਤੋ ਮੁਕੱਦਰਾਂ ਦਾ, ਸੌਦਾ ਨਸੀਬਾਂ ਦਾ, ਇਹ ਬਾਈ ਦੇ ਦੋਸਤੋ ਘਰ ਦਾ ਜਾਨਵਰ ਏ, ਇਹ ਕੋਈ ਵਪਾਰ ਦਾ ਨਹੀਂ। ਮੈਂ ਆਪਣੇ ਵੀਰਾਂ ਦੋਸਤਾਂ ਨੂੰ ਦੱਸਦਾ ਜਾਵਾਂ ਔਰ ਰੇਟ ਬਾਈ ਨੇ ਬੜਾ ਮਕੂਲ ਕਰਨਾ, ਬੜੀਆਂ ਮੁਹੱਬਤਾਂ ਵਾਲਾ ਕਰਨਾ ਔਰ ਬੜੀਆਂ ਚਾਹਤਾਂ ਵਾਲਾ ਕਰਨਾ ਔਰ ਹਰ ਗੱਲ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਦਿਖਾ ਰਿਹਾ, ਤਸੱਲੀ ਕਰਾ ਰਿਹਾ। ਇਹ ਦੋਸਤੋ ਮਗਰ ਇਹਦੇ ਬੱਚਾ, ਇਹ ਦੇਖਦੇ ਪਏ ਨੇ ਮਾਸ਼ਾਅੱਲਾ ਬੱਚਾ। ਹਾਲੇ ਬਾਈ ਕਹਿੰਦਾ 20 ਦਿਨਾਂ ਦਾ ਅੱਧੀ ਗਾਂ ਬਾਈ ਛੱਡਦਾ ਰਿਹਾ, ਕੋਈ ਵੇਚਣ ਦਾ ਭਾਈ ਦਾ ਮੂਡ ਕੋ ਨਹੀਂ ਸੀ। ਪਿਛਲੇ ਸੂਏ ਦੀ ਆਏ ਦੀ ਵੱਛੀ ਖੜੀ ਮਾਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਔਰ ਜਾਨਵਰ ਬੜਾ ਲਾਜਵਾਬ ਏ। ਬਾਈ ਕਹਿੰਦਾ ਕਿ ਐਂਡ ਤੱਕ ਬਾਈ ਜਵੇਦ ਦੁੱਧ ਦਿੰਦੀ ਹੈ, ਸਦਾ ਬਾਰ ਗਾਂ ਜਨਾਬੇ ਲਿਆ। ਛੱਡੋ ਜੀ ਭਾਈ ਜਾਨ, ਬੱਚਾ ਥੱਲੇ ਲਾਓ ਔਰ ਵੀਰਾਂ ਦੋਸਤਾਂ ਨੂੰ ਚੁਆਈ ਸ਼ੁਰੂ ਕਰਾਓ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜੀ ਪਿਆਰੀ ਦੋਸਤੋ ਵੈੜ, ਨਸਲੋਂ ਵੀ ਚੰਗੀ ਔਰ ਮਾਸ਼ਾਅੱਲਾ ਘਰੇਲੂ ਜਾਨਵਰ ਹੈ ਦੋਸਤੋ। ਇਹ ਬੱਚਾ ਹੈ ਮਗਰ ਬੱਚਾ ਦੋਸਤੋ, ਦੇਖਦੇ ਪਏ ਨੇ ਮੇਰੇ ਵੀਰ ਭਰਾ ਦੋਸਤ ਔਰ ਹਰ ਗੱਲ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ। ਅੱਲਾ ਦੇ ਹੁਕਮ ਨਾਲ ਜਿਹੜਾ ਮੁੱਲ ਹੋਣਾ ਇਸੇ ਸੂਏ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਇੰਨੇ ਦਾ ਬੱਚਾ ਮੇਰੇ ਵੀਰਾਂ ਨੇ ਵੇਚ ਲੈਣਾ ਜਿਹੜਾ ਅਸੀਂ ਮੁੱਲ ਕਰਨਾ ਗਾਂ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਗਾਏ ਪੂਰੀ ਦੋਸਤੋ ਕ੍ਰਾਸ ਹੈ, ਦੇਖਦੇ ਪਏ ਨੇ ਮੇਰੇ ਭਰਾ ਪੂਰੀ ਕ੍ਰਾਸ ਵੈਡ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇੱਥੇ ਅੱਗੇ ਬੰਨਦੇ ਜਾਓ, ਅਗਲੇ ਪਾਸੇ ਬੰਨ, ਗਾਂ ਨੂੰ ਪੂਰਾ ਕਰਦੇ। ਗਾਂ ਕਰਮਾਂ ਵਾਲੀ ਸੀਲ ਹੀ ਬੜੀ ਹੈ ਬਾਈ ਕਰਨਾ। ਮਾਸ਼ਾਅੱਲਾ ਥਣ ਵੇਖ ਲੈਣ ਮੇਰੇ ਵੀਰ, ਪਸਮਾਹ ਵੇਖ ਲੈਣ, ਗਾਂ ਦਾ ਪੂਰਾ ਮੁੱਠ ਮੁੱਠ ਦਾ ਅਤੇ ਰੁਗ ਰੁਗ ਦਾ। ਚੋਲਸਤਾਨੀ ਫਰੀਜ਼ਨ ਦੇ ਵਿੱਚ ਕ੍ਰਾਸ ਹੈ ਦੋਸਤੋ, ਕ੍ਰਾਸ ਵੀ ਬੜਾ ਗਾਂ ਦਾ ਪਿਆਰਾ, ਚੋਲਸਤਾਨੀ ਫਰੀਜ਼ਨ ਕ੍ਰਾਸ ਹੈ। ਭਾਈ ਜਾਨ ਨਾ ਬਾਲਟੀ ਮੁੱਧੀ ਕਰ ਲਿਆ ਜੋ, ਸਾਰਿਆਂ ਥਣਾਂ 'ਚ ਨਾ ਵੀਰੇ ਥਣ ਧੋ ਕੇ ਨਾ ਸਾਰਿਆਂ ਥਣਾਂ 'ਚ ਦੋ ਚਾਰ ਤਾਰਾਂ ਮਾਰ ਕੇ ਵਿਖਾਏ। ਮਾਸ਼ਾਅੱਲਾ ਗਾਂ ਦੀ ਹਾਈਟ, ਗਾਂ ਦਾ ਕੱਦ ਕਾਠ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ, ਪੂਰੀ ਨਸਲ ਮੇਰੇ ਵੀਰ ਦੇਖਦੇ ਪਏ ਨੇ ਗਾਏ। ਔਰ ਭਾਈ ਦੇ ਡੇਰੇ 'ਤੇ ਪਹਿਲੀ ਵਾਰੀ ਯਾਨੀ ਕਿ ਘਰ ਆਏ ਹਾਂ, ਬਾਈ ਨੇ ਬੁਲਾਇਆ ਕਿਉਂਕਿ ਵਾਕਫੀਅਤ ਅੱਗੇ ਵੀ ਬਹੁਤ ਅੱਛੇ ਬੰਦੇ ਨੇ ਔਰ
ਭਾਈ ਦਾ ਨਾਮ ਹੈ ਆਪਣਾ ਅਰਸ਼ਦ ਭਾਈ, ਅਰਸ਼ਦ ਹੀ ਹੈ ਨਾ ਜੀ, ਅਰਸ਼ਦ ਭਾਈ ਨੇ, ਔਰ ਵਾਕਫੀਅਤ ਵੀ ਅੱਛੇ ਤਰ੍ਹਾਂ ਭਾਈ ਦੇ ਨਾਲ ਮਾਸ਼ਾਅੱਲਾ। ਜਾਨਵਰ ਭਾਈ ਦਾ ਚੰਗਾ ਹੋਏਗਾ, ਖਰਾ ਹੋਏਗਾ, ਮੈਨੂੰ ਕਹਿੰਦਾ ਸੀ ਕਿ ਜਿੱਥੇ ਮਰਜ਼ੀ ਤੂੰ ਆ ਦੀ ਜੋੜ ਭਾਈ, ਅਤੇ ਆਦੀਆਂ ਗਰੰਟੀਆਂ 'ਤੇ ਕਲਾ ਦੀ ਅੱਲਾ ਦੇ ਹੁਕਮਰਾਨ ਦਾ ਕੋਈ ਘਾਟਾ ਵਾਧਾ ਹੋਵੇ ਤਾਂ ਉਹਨੇ ਮੈਂ ਦੇਣੇਦਾਰ ਹੋਵਾਂਗਾ। ਗੱਲ ਬਾਈ ਦੀ ਬਿਲਕੁਲ ਸਹੀ, ਚੁਆ ਵਹਿੰਦੇ ਪੈ ਨੇ, ਬਹੁਤ ਹੁਣਾਂ ਦਾ ਵੀ ਲਾਜਵਾਬ ਭਾਵੇਂ ਬੋਤਲ 'ਚ ਚੋ ਲਈਏ। ਮਾਸ਼ਾਅੱਲਾ ਮੋਟਾ ਅੰਗੂਠੇ ਜਿਹਦਾ ਸਿੱਧੀ ਤਾਰ ਅੱਲਾ ਦੇ ਹੁਕਮਰਾਨ ਵਜੇ ਨਾਲ ਜਾਨਵਰ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ। ਮਾਸ਼ਾਅੱਲਾ ਚੁਆ ਵੇਖਦੇ ਪਏ ਨੇ, ਪੂਰਾ ਚੁਆ ਮੇਰੇ ਵੀਰਾਂ ਚੈੱਕ ਕਰਨਾ। ਮਾਸ਼ਾਅੱਲਾ ਬਾਲਟੀ ਦੇ ਉੱਤੇ ਰਹੇਗਾ ਕੈਮਰਾ ਮੇਰੇ ਵੀਰ, ਵੇਖਣਗੇ ਕਿੰਨਾ ਮਿੰਟਾਂ ਚ ਅੱਲਾ ਦੇ ਹੁਕਮਰਾਨ। ਟਾਈਮ ਨੋਟ ਕਰ ਲੈ, 4:52 ਹੋ ਗਏ ਨੇ ਮੇਰੇ ਵੀਰ, ਚੈੱਕ ਕਰ ਲੈ ਅੱਲਾ ਦੇ ਹੁਕਮਰਾਨ। 3 ਮਿੰਟਾਂ 'ਚ ਬਾਲਟੀ ਮੇਰੇ ਵੀਰਾਂ ਸਾਹਮਣੇ ਹੋਏਗੀ ਜਨਾਬ। ਇਹ ਨਾ ਚੁਆ ਕਿਹਾ ਜਾਂਦਾ, ਗਾਂ ਬੜੀ ਬਰੀਕ ਹੈ, ਦੁੱਧ ਦੀ ਅੱਲਾ ਦੇ ਹੁਕਮਰਾਨ, ਦੁੱਧ ਦੀ ਫੈਕਟਰੀ ਦੋਸਤ ਨਿੱਕੀ, ਅਤੇ ਮੁੱਲ ਬੜਾ ਪਿਆਰ ਮੁਹੱਬਤ ਵਾਲਾ ਆਉਣਾ, ਬੜੀ ਚਾਹਤ ਵਾਲਾ ਆਉਣਾ। ਬਾਈ ਨੇ ਮੁੱਲ ਇੰਝ ਦਾ ਕਰਨਾ ਕਿ ਅੱਜ ਨਾ ਤੁਹਾਡਾ ਦੇਸ਼ ਪੰਜਾਬ ਟੀਵੀ 'ਤੇ ਫੜਤੂਲ ਪੈ ਜਾਣੇ ਨੇ ਅੱਲਾ ਦੇ ਹੁਕਮਰਾਨ, ਐਡਾ ਪਿਆਰ ਵਾਲਾ ਬਾਈ ਨੇ ਮੁੱਲ ਕਰਨਾ। ਬਾਈ ਨੇ ਜਦੋਂ ਮੈਨੂੰ ਦੱਸਿਆ ਨਾ, ਉਹਨੇ ਆਖਿਆ ਜਵੇਦ ਬਾਈ ਮੈਂ ਲੋਕਾਂ ਨਾਲ 50,000 ਥੱਲੇ ਮੰਗਾਂਗਾ ਜਿਹੜਾ ਇੱਥੇ ਮੁੱਲ ਕਰਦਾ ਤੇ। ਮੈਂ ਹਾਂ ਬਾਈ ਮੁੱਲ ਲੈ ਲਏ, ਯਕੀਨ ਜਾਣੋ, ਔਰ ਦੁੱਧ ਬਿਲਕੁਲ ਸਫੈਦ ਚਿੱਟਾ ਜਿਵੇਂ ਮੱਝ ਦਾ ਹੁੰਦਾ ਦੋਸਤੋ। ਭਾਈ ਕਹਿੰਦਾ ਕਿ ਭਾਈ ਇਨਸ਼ਾਅੱਲਾ ਤਾਲਾ ਜਿਹੜਾ ਚੋਕ ਉੱਠਿਆ ਨਾ ਬਾਲਟੀਆਂ ਇਕੱਠੀਆਂ ਮੱਝ ਦੀਆਂ ਅਤੇ ਇਹਨਾਂ ਦੀ ਰਾਹ ਦਿੱਤੀ ਤਾਂ ਉਹ ਵੀ ਭੁੱਲ ਜਾਏਗਾ ਮੱਝ ਦਾ ਦੁੱਧ ਕਿਹੜਾ, ਗਾਂ ਦਾ ਕਿਹੜਾ। ਮਾਸ਼ਾਅੱਲਾ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਚੁਆ ਵੇਖਣ। ਇਹਨਾਂ ਨੂੰ ਕਿਹਾ ਜਾਂਦਾ ਹਾਲੇ 2 ਥਣ ਬਾਈ ਚੋਈ ਜਾਂਦਾ। ਮਾਸ਼ਾਅੱਲਾ ਬਾਲਟੀ ਨੇੜੇ ਲੱਗ ਗਈ ਦੋਸਤੋ, ਗਾਂ ਅਸੀਲ ਸੌ ਪੂਰੀ ਮਾਸ਼ਾਅੱਲਾ, ਅਤੇ ਪੱਠੇ ਨੇੜੇ ਦਾ ਬਾਈ ਨੂੰ ਡੰਗਰ ਭਾਈ ਨੇ ਵਾਹਵਾ ਰੱਖੇ ਹੋਏ ਨੇ, ਅਤੇ ਪੱਠਾ ਨੇੜਾ ਥੋੜ੍ਹਾ ਜਿਹਾ ਕਿੱਲਰ ਸੂ, ਬਾਕੀ ਗਾਂ ਨੂੰ ਜਿੰਨੀ ਕੇਅਰ ਕਰੋਗੇ ਉਹਨਾਂ ਲੈ ਲਓਗੇ ਅੱਲਾ ਦੇ ਹੁਕਮਰਾਨ, ਇਹਦੇ ਤੋਂ ਵੀ ਵਧੇਗੀ ਗਾਂ ਮਾਸ਼ਾਅੱਲਾ। ਅਤੇ ਕਾਗਜ਼ੀ ਨਿੰਬੂ ਹੈ ਦੋਸਤ ਅੱਲਾ ਦੇ ਹੁਕਮਰਾਨ, ਜਿਹੜੀ ਜਿੰਨੀ ਬਰੀਕ ਗਾਂ ਆਉਂਦੀ ਉਨੀ ਦੁੱਧ ਵਾਲੀ ਹੁੰਦੀ ਦੋਸਤੋ। ਜਿਹੜੀ ਗਾਂ ਨੇ ਇੱਕ ਟਿੱਡ 'ਚ ਬੱਚਾ ਪਾਲਣਾ ਹੋਵੇ ਤਾਂ ਪੂਰਾ ਦੁੱਧ ਮਾਸ਼ਾਅੱਲਾ ਦੀ ਲਿਮਿਟ ਨਾ ਦੇਣਾ ਹੋਵੇ, ਇਹ ਦੇ ਪੈਣਾ। ਅਗਾੜੀ ਪਿਛਾੜੀ ਦਾ ਚੁਆ ਇੱਕੋ ਜਿਹਾ, ਜਿਹੜੀ ਕ੍ਰਾਸ ਗਾਂ ਆਉਂਦੀ ਹੈ ਇਹਦੇ ਅਗਲੇ ਪਿਛਲੇ ਥਣਾਂ ਦਾ ਚੁਆ ਇੱਕੋ ਜਿਹਾ ਆਉਂਦਾ, ਕੋਈ ਫਰਕ ਨਹੀਂ ਹੁੰਦਾ ਦੋਸਤੋ, 4 ਥਣਾਂ ਦੇ ਵਿੱਚੋਂ ਦੁੱਧ ਇੱਕੋ ਜਿਹਾ ਆਉਂਦਾ। ਇਨਸ਼ਾਅੱਲਾ ਤਾਲਾ ਮੇਰਾ ਵੀਰ ਭਰਾ ਦੋਸਤ ਜਿਹੜਾ ਲੈ ਗਿਆ ਅੱਜ ਦੇਸੀ ਗਾਂ ਵਾਲਾ ਦੋਸਤ, ਮੁੱਲ ਲਾਉਣਾ ਦੇਸੀ ਗਾਂ ਵਾਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਪੂਰੀ ਮੇਰੇ ਵੀਰ ਵੀਡੀਓ ਦੇਖਦੇ ਪਏ ਨੇ, ਪੂਰੀਆਂ ਤਸੱਲੀਆਂ ਕਰਾ ਰਹੇ। ਇਹ ਭਾਈ ਜਾਨ ਬਾਲਟੀ ਉਹਨਾਂ ਹੀ ਰੱਖ ਲਿਆ ਜੋ, ਇਹ ਬਾਲਟੀ ਪਕੜਾ ਦਿਓ ਨਾ, ਪਕੜ ਲਓ, ਉਹ ਬਾਲਟੀ ਪਕੜ ਲਓ, ਇਹ ਮੂਹਤੀ ਕਰਕੇ ਭਾਈ ਵਿਖਾ ਦਿੰਦਾ ਕਿਉਂਕਿ ਨਵੇਂ ਬੰਦੇ ਨੇ ਦੋਸਤੋ, ਇਹਨਾਂ ਨੂੰ ਪਤਾ ਕੋਈ ਨਹੀਂ, ਦੱਸਣਾ ਪੈਣਾ। ਔਰ ਇਹ ਬਾਲਟੀ ਦੀ ਵਾਲੀ ਜਗ੍ਹਾ 'ਤੇ ਉਹਨਾਂ ਰੱਖ ਲਈ ਬਾਲਟੀ ਦੂਸਰੀ, ਠੀਕ ਹੈ ਭਾਈ, ਕੈਮਰੇ ਦੀ ਆਪਾਂ ਵਿੱਚ ਰੱਖਣੀ, ਅਗਾਂਹ ਪਿੱਛਾ ਨਾ ਕਰੀ, ਇੱਥੇ ਰੱਖ ਦੇ, ਬਸ 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 ਇੱਥੇ ਪਈ ਰਹਿੰਦੇ, ਇੱਥੇ ਇੱਥੇ ਇੱਥੇ। ਚੱਲ ਜੀ, ਆ ਮੋਦੀ ਹੋ ਗਈ ਬਾਲਟੀ ਵੀਰੇ। ਮਾਸ਼ਾਅੱਲਾ ਮੇਰੇ ਵੀਰਾਂ ਦੋਸਤਾਂ ਸਾਹਮਣੇ 20+ ਦੀਆਂ 54 ਤੋਂ ਦੋਸਤੋਂ ਪਹਿਲੇ ਗਰੰਟੀਆਂ ਦਿੱਤੀਆਂ ਨੇ ਮੈਨੂੰ। ਆਉਂਦਾ ਬਾਈ ਨੇ ਕਿਹਾ ਬੱਚੇ ਨੂੰ ਖੁੱਲ੍ਹਾ ਦੁੱਧ ਛੱਡ ਕੇ ਆਉਂਦਾ ਬਾਈ ਆਪਣੇ ਕੋਲ ਗਾਂ ਕੋਲ 20 ਲੀਟਰ ਦੁੱਧ ਪੱਕਾ ਹੈ। ਅੱਗੇ ਬਹਰਹਾਲ ਬਾਈ ਜਿਹੜਾ ਦੁੱਧ ਜ਼ਿਆਦਾ ਬੱਚੇ ਨੂੰ ਛੱਡਦਾ ਪਿਆ, ਅੱਗੇ ਆਉਂਦਾ ਮੈਂ ਚੋ ਲੈਣਾ ਕੋਈ ਆਪਣਾ 20 ਸਿਰ ਤੋਂ ਥੱਲੇ ਚੋਣਾ, ਬੱਚੇ ਨੂੰ ਰਜਵਾਂ ਦਾ ਛੱਡਣਾ, 2-2.5 ਸਿਰ ਬੱਚੇ ਨੂੰ ਇੱਕ ਟਾਈਮ ਦਾ ਛੱਡਦਾ ਪਿਆ ਬਾਈ। ਉਹ ਬੱਚਾ ਹੀ ਦੱਸਦਾ ਪਿਆ ਖੁਸ਼ਹਾਲ ਹੈ, ਮਾਸ਼ਾਅੱਲਾ ਤੰਦਰੁਸਤ A1 ਹੈ। ਔਰ ਇਨਸ਼ਾਅੱਲਾ ਤਾਲਾ ਮੇਰਾ ਭਰਾ ਜਿਹੜੀ ਗੱਲ ਆਪਾਂ ਨੂੰ ਕਰੇਗਾ ਉਹਦੇ ਫਰਕ ਨਹੀਂ ਆਏਗਾ ਦੋਸਤੋ, ਲੈਣੇ ਦੇਣੇ ਤਾਂ ਹੁੰਦੇ ਨੇ, ਮੁਕੱਦਰ ਸੌਦੇ ਨਸੀਬਾਂ ਦੇ ਹੁੰਦੇ ਨੇ ਭਰਾਓ। ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਕੋਸ਼ਿਸ਼ ਕੀਤੀ ਕਿ ਵੀਰਾਂ ਭਰਾਵਾਂ ਦੋਸਤਾਂ ਦੇ ਘਰ ਤੱਕ ਲਾਜਵਾਬ ਔਰ ਅੱਛਾ ਜਾਨਵਰ ਪਹੁੰਚੇ, ਹਰ ਗੱਲ ਮੇਰੇ ਵੀਰਾਂ ਦੇ ਸਾਹਮਣੇ। ਬਾਈ ਵੰਡਾ ਵੀ ਪਾ ਰਿਹਾ ਕਿ ਨਹੀਂ ਪਾ ਰਿਹਾ, ਵੰਡਾ ਪਾ ਰਿਹਾ ਕਿੰਨਾ ਕੁ?
ਤਿੰਨ ਕਿਲੋ ਵੰਡਾ ਪਾ ਰਹੇ, ਕਿਹੜਾ ਪਾ ਰਹੇ? ਮਾਸਟਰ ਵੰਡਾ ਪਾ ਰਹੇ, ਡੇਢ ਡੇਢ ਕਿਲੋ, ਡੇਢ ਡੇਢ ਕਿਲੋ ਦੋਸਤੋ ਬਾਈ ਵੰਡਾ ਪਾ ਰਿਹਾ। ਤਿੰਨ ਕਿਲੋ ਵੰਡਾ ਪਾ ਕੇ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਜਾਨਵਰ ਬੜਾ ਲਾਜਵਾਬ ਦੇਖਦੇ ਪਏ ਨੇ। ਬਾਲਟੀ ਅੱਲਾ ਦੇ ਫਜ਼ਲ ਨਾਲ ਲੱਗੇ ਵੀ ਕੈਮਰਾ ਮੇਰੇ ਵੀਰਾਂ ਦੇਖਿਆ, ਬਾਲਟੀ ਤਿੰਨਾਂ ਮਿੰਟਾਂ 'ਚ ਅੱਲਾ ਦੇ ਕੁਣਾ ਗਾਂ 'ਚ ਬੀਜਣ ਵਾਲੀ। ਮੈਂ ਆਪਣੇ ਵੀਰਾਂ ਦੱਸਿਆ ਸੀ ਕਿ ਟਾਈਮ ਨੋਟ ਕਰ ਲਓ, ਜਿਸ ਗਾਂ ਦਾ ਥਣ ਚੰਗਾ, ਜਿਹਦਾ ਮੋਟਾ ਚੁਆ ਏ, ਉਹਨੂੰ ਚੋ ਕੇ ਬੰਦਾ ਤਿੰਨਾਂ ਚੌਂ ਮਿੰਟਾਂ 'ਚ ਭਾਵੇਂ 40 ਲੀਟਰ ਵੀ ਦੁੱਧ ਹੋਵੇ ਤਾਂ ਚੋ 'ਤੇ ਉੱਠ ਪੈਂਦਾ ਦੋਸਤੋ। ਮਾਸ਼ਾਅੱਲਾ, ਇੱਕ ਅੱਗੇ ਥਣਾਂ 'ਚ ਦੋ 'ਚ ਬਾਲਟੀ ਬਾਈ ਨੇ ਭਰੀ ਅਤੇ ਇਹ ਵੀ ਦੋ ਥਣਾਂ ਦੇ ਵਿੱਚ ਬਾਲਟੀ ਮੇਰੇ ਵੀਰਾਂ ਦੋਸਤਾਂ ਸਾਹਮਣੇ ਆ ਗਈ। ਬੱਚੇ ਨੂੰ ਵੀ ਬਾਈ ਨੇ ਛੱਡਣਾ ਦੁੱਧ, ਔਰ ਸਾਰਿਆਂ ਥਣਾਂ 'ਚੋਂ ਚੈੱਕ ਐਂਡ 'ਤੇ ਕਰਾਵਾਂਗੇ, ਮੇਰੇ ਵੀਰਾਂ ਦੇ ਸਾਹਮਣੇ ਆ ਜਾਏਗਾ। ਇੰਝ ਨਹੀਂ ਕਿ ਬੱਚੇ ਨੂੰ ਦੋ ਦੋ ਤਾਰਾਂ ਛੱਡੀਏ ਅਤੇ ਲੋਕਾਂ ਤਰ੍ਹਾਂ ਕਹੀਏ ਕਿ ਜੀ ਬੱਚੇ ਨੂੰ ਰਜਮਾ ਦੋ ਛੱਡ ਦਿੱਤਾ, ਨਹੀਂ, ਬੱਚੇ ਨੂੰ ਵਾਕਿਆ ਹੀ ਰਜਮਾ ਦੋ ਛੱਡਾਉਣਾ ਦੋਸਤੋ, ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ। ਮੇਰੇ ਵੀਰ ਘਰ ਜਾ ਕੇ ਵੀ ਬੱਚੇ ਨੂੰ ਦੁੱਧ ਰਜਮਾ ਛੱਡਣ ਅਤੇ 20 ਲੀਟਰ ਚੋਵਣ, ਐਂ ਤਾਂ ਅੱਲਾ ਦੇ ਹੁਕਮ ਨਾਲ ਕੰਮ ਕਰਨਾ। ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਤੁਹਾਡੇ ਲਈ ਮਿਹਨਤਾਂ ਕਾਵਿਸ਼ਾਂ ਕੀਤੀਆਂ ਨੇ, ਜਿੰਨੀਆਂ ਅਸੀਂ ਮਿਹਨਤਾਂ ਕਾਵਿਸ਼ਾਂ ਕਰਦੇ ਹਾਂ, ਅਸੀਂ ਆਪਣੇ ਇਹਦੇ ਬਦਲੇ ਆਪਣੇ ਵੀਰਾਂ ਤੋਂ ਲਾਈਕ, ਸ਼ੇਅਰ, ਕਮੈਂਟ ਮੰਗਦੇ ਹਾਂ, ਜ਼ਰੂਰ ਕੀਤਾ ਕਰੋ ਦੋਸਤੋ। ਇਹਦੇ ਨਾਲ ਹੌਸਲਾ ਅਫਜ਼ਾਈ ਹੁੰਦੀ ਹੈ ਔਰ ਬੰਦੇ ਦਾ ਹੌਸਲਾ ਵੱਧਦਾ ਹੈ ਕਿ ਜੋ ਬੰਦਾ ਕਹਿੰਦਾ ਕਿ ਜੋ ਮੈਂ ਮਿਹਨਤ ਕਰ ਰਿਹਾ, ਮੇਰੇ ਵੀਰ ਭਰਾ ਦੋਸਤ ਦੇਖ ਰਹੇ ਨੇ ਔਰ ਮੁਹੱਬਤਾਂ ਚਾਖਤਾਂ ਵੰਡ ਰਹੇ ਨੇ, ਇਹ ਵਹਿਣਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਬੈਠ ਔਰ ਬਿਲਕੁਲ ਨੁੱਚੜ ਜਾਏਗੀ ਦੋਸਤੋ, ਔਰ ਹਰ ਗੱਲ ਦੀਆਂ ਤਸੱਲੀਆਂ ਕਰਾ ਦਿੱਤੀਆਂ ਨੇ। ਲੈ ਆਓ ਭਾਈ ਜਾਨ, ਲੈ ਆਓ, 20 ਲੀਟਰ ਦੀਆਂ ਗਰੰਟੀਆਂ ਨੇ ਔਰ ਹਰ ਗੱਲ ਦੀ ਤਸੱਲੀ ਕਰਾ ਰਿਹਾ ਮੈਂ ਆਪਣੇ ਭਰਾਵਾਂ ਤੋਂ। ਲੈ ਆਓ ਭਾਈ ਜਾਨ, ਲੈ ਆਓ ਨਾ, ਲੈ ਆਓ, ਬਾਕੀ ਛੱਡ ਦਿਓ ਬੱਚੇ ਨੂੰ, ਛੱਡ ਦਿਓ, ਬਸ ਛੱਡ ਦਿਓ ਬੱਚੇ ਨੂੰ, ਰਜਮਾ ਛੱਡ ਦੇ ਵੀਰ ਭਰਾ, ਇੰਝ ਨਾ ਕਹਿਣ ਜਾਂ ਇੱਧਰ ਪਾ ਦੇ ਇਸ ਬਾਲਟੀ ਦੇ ਵਿੱਚ, ਚੱਕ ਥੱਲੇ ਬਹਿ ਗਈ, ਕਹਿੰਦੇ ਚੁੱਪਣਾ ਨਹੀਂ ਦੋਸਤ ਮੇਰੇ ਵੀਰ, ਦੇਖ ਲੈ, ਚਲੋ ਇੱਕ ਦੋ ਹੀ ਬਣੀਆਂ ਨੇ, ਆ ਜਾ। ਆਪਾਂ ਵੀਰਾਂ ਦੋਸਤਾਂ ਨੂੰ ਹਰ ਗੱਲ ਦੱਸ ਦਿੱਤੀ, ਇੱਧਰ ਇੱਧਰ ਲੈ ਬਾਲਟੀਆਂ ਦੋਵੇਂ ਚੁੱਕ ਕੇ ਇੱਥੇ ਲੈ, ਖੁੱਲੀ ਜਗ੍ਹਾ 'ਤੇ ਇਹ ਆ ਦੇਖਦੇ ਪਏ ਨੇ ਮੇਰੇ ਭਰਾ, ਦੋਵੇਂ ਬਾਲਟੀਆਂ ਆ ਗਈਆਂ ਨੇ ਮੇਰੇ ਵੀਰਾਂ ਸਾਹਮਣੇ। ਇਹ ਨਾਭਿਆਂ ਲਈ ਓਨ ਗੜਵੀਆਂ ਮਾਰ ਕੇ ਵੀਰਾਂ ਨੂੰ ਤਸੱਲੀਆਂ ਕਰਾਵਾਂਗੇ। ਭਜਨ ਬਸ ਕੈਮਰਾ ਇੱਥੇ ਰੱਖਣਾ ਜੀ, ਇਹ ਜਨਾਬ ਮੇਰੇ ਵੀਰਾਂ ਦੇਖ ਲੈ ਨਾ, ਮਾਸ਼ਾਅੱਲਾ, ਜਿਹੜੀ ਗੱਲ ਕਰਾਂਗੇ ਫਰਕ ਨਹੀਂ ਆਏਗਾ ਅੱਲਾ ਦੇ ਕੁਲਾਂ। ਦੁੱਧ ਇੰਨਾ ਗਾੜਾ ਦੋਸਤੋ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ, ਜਿਹੜੀ ਭਾਈ ਅਰਸ਼ਦ ਨੇ ਗੱਲ ਕੀਤੀ ਅੱਲਾ ਦੇ ਕੁਲਾਂ ਦੇ ਫਰਕ ਨਹੀਂ ਹੋਏਗਾ ਦੋਸਤ। ਇਹ ਜਨਾਬ ਇੱਕ, ਮਾਸ਼ਾਅੱਲਾ ਦੋਸਤੋ ਇਹ ਦੋ, ਇਹ ਮਾਸ਼ਾਅੱਲਾ ਵੀਰੋ ਤਿੰਨ, ਇਹ ਵੀਰੋ ਮਾਸ਼ਾਅੱਲਾ ਚਾਰ, ਇਹ ਵੀਰੋ ਮਾਸ਼ਾਅੱਲਾ ਪੰਜ, ਇਹ ਵੀਰੋ ਮਾਸ਼ਾਅੱਲਾ ਛੇ, ਛੇ ਮਾਸ਼ਾਅੱਲਾ ਛੇ, ਇਹ ਵੀਰੋ ਮਾਸ਼ਾਅੱਲਾ ਛੇ ਸੱਤ, ਇਹ ਜਨਾਬ ਮਾਸ਼ਾਅੱਲਾ ਅੱਠ, ਇਹ ਜਨਾਬ ਮਾਸ਼ਾਅੱਲਾ ਨੌ, ਇਹ ਵੀਰੋ ਮਾਸ਼ਾਅੱਲਾ ਦਸ, ਇਹ ਵੀਰੋ ਮਾਸ਼ਾਅੱਲਾ ਗਿਆਰਾਂ, ਇਹ ਜਨਾਬ ਸਾਢੇ ਗਿਆਰਾਂ ਲੀਟਰ ਦੁੱਧ ਮੇਰੇ ਵੀਰਾਂ ਦੋਸਤਾਂ ਸਾਹਮਣੇ ਹੈ, ਪਰਤਾ ਕੇ ਗੜਵੀ ਮਾਸ਼ਾਅੱਲਾ ਮਾਰੀ ਪੂਰਾ ਫੈਂਟ ਕੇ ਦੋਸਤੋ, ਔਰ ਤਸੱਲੀ ਕਰਾ ਦਿੱਤੀ, ਬੱਚਾ ਵੀ ਚੱਗੋ ਚੱਗ ਹੋਇਆ ਖੜਾ, ਇਹ ਮੇਰੇ ਵੀਰ ਦੇਖ ਲੈਣ ਔਰ ਮਾਸ਼ਾਅੱਲਾ ਸਾਰੀ ਗੱਲ ਮੇਰੇ ਵੀਰਾਂ ਦੋਸਤਾਂ ਸਾਹਮਣੇ ਦੇਖਦੇ ਪਏ ਨੇ, ਮਾਸ਼ਾਅੱਲਾ ਬੱਚਾ ਵੀ ਚੱਗੋ ਚੱਗ ਹੋਇਆ ਖੜਾ।
ਗਾਹ ਮਾਸ਼ਾਅੱਲਾ ਮੇਰੇ ਵੀਰਾਂ ਦੋਸਤਾਂ ਸਾਹਮਣੇ ਔਰ ਹਰ ਗੱਲ ਦੀਆਂ ਤਸੱਲੀਆਂ ਕਰਾਉਂਦੇ ਪਏ, ਕੋਈ ਵੀਰਾਂ ਦੀ ਨਜ਼ਰ ਤੋਜਲ ਨਹੀਂ ਚੀਜ਼ ਦੋਸਤੋ, ਔਰ ਲੈਣ ਦੇਣ ਮੁਕੱਦਰ ਨੇ, ਬਾਕੀ ਸਾਰੀ ਗੱਲ ਭਾਈ ਨਾਲ ਹੋ ਜਾਏਗੀ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ। ਭਾਈ ਜਾਨ ਨਾਮ ਕੀ ਹੈ ਜੀ? ਮੁਹੰਮਦ ਅਰਸ਼ਦ। ਭਾਈ ਮੁਹੰਮਦ ਅਰਸ਼ਦ, ਮਾਸ਼ਾਅੱਲਾ ਗਾਹ ਤੇਰੀ ਵੇਖੀ, ਵੇਖ ਕੇ ਸਕੂਨ ਦਿਲ ਨੂੰ ਆਇਆ ਕਿ ਜੋ ਤੂੰ ਦੱਸਿਆ ਮੈਨੂੰ ਪਹਿਲੇ ਤੂੰ ਆਉਂਦਿਆਂ ਕਿਹਾ ਕਿ 20 ਲੀਟਰ ਦੀਆਂ ਵੀਰਾਂ ਨੂੰ ਗਰੰਟੀਆਂ ਦੇ ਦੇ, ਇਵੇਂ ਗੱਲ? ਹਾਂਜੀ ਬਿਲਕੁਲ ਇਵੇਂ। ਔਰ ਮਾਸ਼ਾਅੱਲਾ ਜਿਹੜੀ ਤੂੰ ਗੱਲ ਕੀਤੀ ਹੈ, ਬਿਲਕੁਲ 11.5 ਕਿਲੋ ਹੈ, ਠੰਡਾ ਦੁੱਧ ਮਿਲੀ ਹੈ, ਠੰਡਾ ਠਾਰ ਵੀ ਗਿਣੀ ਹੈ ਨਾ, ਆਪਾਂ ਪਰਤਾਇਆ ਫਿਰ ਵੀ ਠੰਡਾ ਕੀਤਾ। ਇੱਕ ਬਾਲਟੀ ਵੀਰਾਂ ਦੇ ਸਾਹਮਣੇ 2 ਮਿੰਟ 3 ਮਿੰਟ ਪਈ ਰਹੀ, ਉਹਦੀ ਝੱਗ ਵੀ ਮਾਰ ਗਈ, ਫਿਰ ਵੀ ਆਪਾਂ ਵੀਰਾਂ ਦੋਸਤਾਂ ਦੇ ਸਾਹਮਣੇ ਮਿਲਿਆ, ਸਾਰੀ ਗੱਲ ਕੀਤੀ, ਮਾਸ਼ਾਅੱਲਾ 20 ਲੀਟਰ ਦੀ ਆਪਣੀ ਪੱਕੀ ਗਰੰਟੀ, ਪੱਕੀ ਗਰੰਟੀ, ਠੀਕ ਹੋ ਗਿਆ। ਭਾਈ ਜਾਨ ਆਪਣੀ ਗਾਂ ਦਾ ਸੂਆ ਕਿਨਵੇਂ? ਗਰਮੀ ਗੁਰਮੀ ਤਾਂ ਨੀ ਕਰ? ਕੋਈ ਮਸਲਾ ਮਸਾਇਲ? ਅੱਛਾ, ਆਪਣੀ ਗਾਂ ਨੂੰ ਸੂਈ ਨੂੰ ਕਿੰਨੇ ਤਿਆਰ ਹੋ ਗਿਆ? ਕਿੰਨੇ ਦਿਨ ਹੋ ਗਏ? 15 ਕੁ ਦਿਨ ਹੋ ਗਏ ਪੈਸੇ ਵੱਧ ਨੀ ਮੰਗਣਾ, ਕਿਉਂਕਿ ਨਾ ਹੁਣ 36,000 ਚੈਨਲ ਬਣਿਆ ਪਿਆ, ਹਰ ਬੰਦਾ ਕੰਪੀਟੀਸ਼ਨ ਹੈ। ਤੂੰ ਸਾਨੂੰ ਸੱਦਿਆ, ਸਾਨੂੰ ਤੂੰ ਇਹ ਮੌਕਾ ਦਿੱਤਾ ਮੇਰੇ ਭਰਾ ਨੇ, ਪੱਕੀ ਜੀ ਗੱਲ ਸੁਣਾ ਦੇ ਕਿ ਗਾਂ ਆਪਾਂ ਦੇਣੀ ਵੀਰਾਂ ਨੂੰ ਕਿੰਨੇ? ਆਪਾਂ ਲੋਕਾਂ ਨਾਲੋਂ 50,000 ਲੈ ਦਿਆਂ, 2,55,000 ਦੀ ਦਿਆਂ, 2,55,000 ਦੀ ਦਿਆਂਗੇ? ਹਾਂਜੀ ਹਾਂਜੀ, ਲੋਕਾਂ ਨੂੰ 50,000 ਰਹਿ ਦਿਆਂ। ਇੱਥੇ ਕਿੰਨਾ ਮੁੱਲ ਮੰਗਦਾ ਪਿਆ ਮੁਕਾਮੀ ਮੁੱਲ? ਮੁਕਾਮੀ ਤਾਂ ਆਪਾਂ 3.5 ਲੱਖ ਮੰਗਦੇ। 3.5, ਯਾਨੀ ਕਿ ਆਪਾਂ 50,000 ਛੂਟ, ਯਾਨੀ ਕਿ ਕਾਰ ਕਰਾ ਕੇ 2,55,000 ਹੈ, 2,00,000 ਪਰ 2,55 ਚ ਕੋਈ ਵੀਰ ਪਿਆਰ ਮੁਹੱਬਤ ਸ਼ਫਕਤ ਆਪਣੇ ਤੋਂ ਕਰਵਾਉਂਦਾ, ਐਵੇਂ ਮਾੜਾ ਮੋਟਾ ਵੀ, ਮਾੜਾ ਮੋਟਾ ਇਹਦੇ ਚ ਵੀ ਹੋ ਜਾਏ। ਜਨਾਬ ਮੇਰੇ ਵੀਰ ਦੋਸਤ ਦੇਖਦੇ ਪਏ ਨੇ, ਭਾਈ ਨੇ 2,55,000 ਰੁਪਏ ਰੇਟ ਕੀਤਾ, ਇਹਦੇ ਚ ਪਿਆਰ ਮੁਹੱਬਤ ਸ਼ਫਕਤ ਮਾੜੀ ਮੋਟੀ ਜ਼ਰੂਰ ਮੌਜੂਦ ਹੈ ਦੋਸਤੋ, ਔਰ ਗਾਂ ਦੀ 20+ ਦੀਆਂ ਗਰੰਟੀਆਂ ਨੇ। ਜਾਨਵਰ ਅੱਲਾ ਦੇ ਹੁਕਮ ਨਾਲ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ, ਹਰ ਐਪ ਤੋਂ ਪਾ ਕੇ ਜਾਨਵਰ ਬਾਈ ਦੇ ਕੋਲ ਕਾਫੀ ਖੜੇ ਨੇ, ਇਹ ਨਜ਼ਰ ਮਰਵਾਉਂਦਾ ਜਾਵਾਂ, ਇਹ ਦੇਖਦੇ ਪਏ ਨੇ, ਔਰ ਜਨਾਬੇ ਲਈ ਬਾਈ ਦਾ ਜਾਨਵਰ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਖੜਾ, ਇਹ ਦੇਖ ਲੈਣ, ਖੁਰਲੀਆਂ ਚੱਟੀਆਂ ਪਈਆਂ ਨੇ ਦੋਸਤੋ, ਇਹਨਾਂ ਡੰਗਰਾਂ ਵਾਸਤੇ 4 ਪੰਡਾ ਲਿਆਇਆ ਬਾਈ, ਔਰ ਕਹਿੰਦਾ ਕਿ ਪੱਠੇ ਦੀ ਜੁਇਤ ਬਾਈ ਕਿੱਲਤ ਹੈ, ਔਰ ਗਾਂ ਅੱਲਾ ਦੇ ਕੋਲ ਜਿੰਨਾ ਕੁ ਵੀਰ ਪਾ ਲੈਗਾ ਇਸ ਵੱਛੀ ਕੋਲ ਉਹਨਾਂ ਚੋ ਲੈਗਾ। ਜਦੋਂ ਦੇ ਆਪਾਂ ਚੋਵਣ ਲੱਗੇ ਹਾਂ, ਗਾਂ ਨੇ ਖੁਰਲੀ 'ਚ ਮੂੰਹ ਨਹੀਂ ਦੋਸਤੋ ਚੱਕਿਆ, ਖੁਰਾਕ ਗਾਂ ਨੂੰ ਚੰਗੀ ਹੋਈ, ਗਾਂ ਅੱਲਾ ਦੇ ਕੋਲ ਆਪਦਾ ਦੁੱਧ ਆਪਦੀ ਜਾਨ ਤੋਂ ਜ਼ਿਆਦਾ ਦੇਗੀ। ਔਰ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਬੱਚਾ ਚੁੱਗੋ ਚੱਗ, ਇਹਨੂੰ ਕਹਿੰਦੇ ਨੇ ਇੱਕ ਬੱਚੇ ਨੇ ਵੀ ਦੁੱਧ ਰਜਵਾ ਛੱਡਿਆ, ਅਤੇ ਇਹ ਦੇਖਦੇ ਪਏ ਨੇ ਬੱਚਾ ਵੱਖੀਆਂ ਦੋਸਤੋ ਚੱਕੀ ਖੜਾ, ਇਹ ਦੇਖ ਲੈ ਕੋਈ ਵੱਖੀ ਬਾਹਰ ਨਹੀਂ, ਔਰ ਮਾਸ਼ਾਅੱਲਾ ਹਰ ਚੀਜ਼ ਯਾਨੀ ਕਿ ਵੱਖੀਆਂ ਬਾਹਰ ਕੱਢੀ ਖੜਾ, ਵਿੱਚ ਕੋਈ ਵੱਖੀ ਨਹੀਂ, ਔਰ ਜਾਨਵਰ ਮੇਰੇ ਵੀਰਾਂ ਦੋਸਤਾਂ ਦੇਖ ਲਿਆ। ਔਰ ਅੱਜ ਦੀ ਵੀਡੀਓ ਨਾਲ ਜਿਹੜੇ ਮੇਰੇ ਵੀਰ ਭਰਾ ਦੋਸਤ ਨੂੰ ਪਸੰਦ ਆਉਂਦਾ ਜਾਨਵਰ, ਜਿਹੜਾ ਖਰੀਦਣਾ ਚਾਹੁੰਦਾ, ਔਰ ਆਪਣਾ ਨੰਬਰ ਹਮੇਸ਼ਾ ਤਰ੍ਹਾਂ ਲੈ ਸਕਦਾ, 0300 ਪੂਰਾ ਜੀ, 510-4051 ਇਸੇ ਤੋਂ ਦੋਸਤੋ ਵਟਸਐਪ ਹੈ, ਔਰ ਇਸੇ ਤਰ੍ਹਾਂ ਆਪਣਾ ਨੰਬਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਵੇ ਨੂੰ ਦੇਣੀ ਇਜਾਜ਼ਤ। ਅੱਲਾ ਨਿਗਵਾਨ, ਪਾਕਿਸਤਾਨ ਜ਼ਿੰਦਾਬਾਦ।